ਕਿਸ਼ ਘਰ ਤੇ ਗਿਆ ਹੋਵੇ। ਅੱਛਾ 3500 ਦੇ ਅੰਡੇ ਕਿਤੇ ਬਹਿ ਜਾਣ ਤੇ 3500 ਦਾ ਪੈਟਰੋਲ, 3500 ਦਾ ਪੈਟਰੋਲ ਲੱਗ ਗਏ। ਜਿਹੜੇ ਨੇ ਅੰਡੇ ਜੀਨਾ ਆ ਉਹਦੇ ਵਿੱਚ 17 ਅੰਡੇ ਖਾਲੀ ਨਿਕਲੇ ਤੇ 18 ਦੂਣੇ 34 17 18 ਅੰਡਿਆਂ ਦੇ ਵਿੱਚ ਬੱਚੇ ਬਣੇ ਨੇ। ਜਿਹੜੇ ਨੇ ਇਸ ਟਰੇ ਦੇ ਮਸ਼ੀਨ ਦੇ ਵਿੱਚ ਦੂਜੇ ਪਾਸੇ ਟਰੇ ਤਬਦੀਲ ਕਰਨ ਲੱਗਾ ਡੱਠਾ ਹੈ ਹੱਥੋਂ ਟਰੇ ਸਾਰੇ ਦਸਤਾਨ ਤੇਰੀ ਪਿਛਲੇ 2 ਮਹੀਨਾ ਤੋਂ ਖਰਾਬ ਹੈ, ਬੜਾ ਕੰਮ ਖਰਾਬ। ਇੱਕ ਦਿਹਾੜੋ ਮਸ਼ੀਨ ਸੜ ਗਈ, ਕਿਤਨੇ ਅੰਡੇ ਜ਼ਾਇਆ ਸੀ ਗਿਆ ਮਸ਼ੀਨ ਦੇ ਵਿੱਚ। ਲਾਲਾ ਮੇਰਾ ਪੂਰੀ ਜ਼ਿੰਦਗੀ ਦਾ ਸਰਵਾਇਆ ਬਰਬਾਦ ਸੀ, ਬੜੇ ਬੜੇ ਜ਼ਾਇਆ ਸੀ, ਨੁਕਸਾਨ ਸੀ। 45 ਅੰਡਾ 3 ਕੁਕੜੀ ਦਾ ਚਿੱਟੀਆਂ ਦਾ ਲੱਥਾ ਹੈ ਮੇਰੀ ਜਿਹੜੀ ਥੋਕ ਨਮ ਦੇ ਗਿਆ ਉਹ ਮੇਰੀ ਮਸ਼ੀਨ ਹੀ ਮੈਂ ਇੱਕ ਰਾਤ ਬੰਦ ਥਈ ਗਈ ਹੈ ਨਾ, ਇਹਨੂੰ ਉਹ ਚਵਾ ਗਿਆ ਉੱਤੋਂ ਉਹ ਕਿਹਾ ਦੇਣ ਮੇਨ ਸੂਚ ਉਹ ਬੰਦ ਥਈ ਗਈ। ਨਹੀਂ ਬੰਦ ਨਾਲ ਬੰਦ ਦਾ ਤਾਂ ਵੀ ਹਿਸਾਬ ਕਿਤਾਬ ਹੈ ਨਾ ਜੀ। ਤੇ ਉਹਨਾਂ ਤੋਂ ਪੂਰਾ ਰਾਤ ਠਰ ਗਏ, ਵਿੱਚ ਪਾਣੀ ਨਿਕਲਾ ਪਿਆ ਅੰਡਾਂ ਦੇ ਫਜਰ ਉੱਠਿਆਂ ਦਾ, ਸਾਡੇ ਤਾਂ ਠਰ ਗਏ ਨਾ ਜੀ। ਤੇ ਸਾਡੇ ਛੋਟੇ ਅੰਡਾਂ ਦੇ ਵਿੱਚ ਬੱਚੇ ਮਰ ਗਏ ਸੜ ਗਏ। ਹਾਂ ਉਹ ਜ਼ਾਹਿਰ ਹੁਣ 40 ਡਿਗਰੀ ਸੈਂਟੀਗ੍ਰੇਡ ਤੱਕ ਲੱਗੀ ਤੇ ਉਹਨਾਂ ਸੜਨਾ ਹੀ ਹੈ ਜੀ ਬਸ ਜੀ। ਔਰ ਡਰੈਕਟ ਥਈ ਹੈ ਨਾ ਪੁਆਇੰਟ ਗੰਗੜਾ ਹੈ ਨਾ, ਬਸ ਬਲਦੀ ਬਲਦੀ ਰਹਿ ਜੀ। ਚਲੇ ਮੈਂ ਰਾਤੀ ਉੱਠਾਂ ਤਾਂ ਦਿੱਥਾਂ ਤਾਂ ਓ ਹੋ ਹੋ ਹਰ ਸ਼ਹਿਰ ਲੱਗੀ ਗਈ। ਅੱਜ ਦੇ ਦੌਰ ਦੇ ਵਿੱਚ ਰੇਸ਼ਮ ਮੈਂ ਨਾਕਾਮ ਤਰੀਨ ਇਨਸਾਨ ਹੈ। ਨਾਕਾਮ ਤਰੀਨ ਤਾਂ ਨਹੀਂ ਤੇ ਨੁਕਸਾਨ, ਨਾਕਾਮ ਤਰੀਨ ਇਨਸਾਨ। ਨਹੀਂ ਨਹੀਂ ਮਾਸ਼ਾਅੱਲਾ ਬਹੁਤ ਸਾਰਾ ਨਿਜ਼ਾਮ ਹੈ ਸਾਡੇ ਕੋਲ, ਸੈਟਅਪ ਹੈ ਥੋੜ੍ਹੀ ਜਿਹੀ ਨਾ। ਨਹੀਂ ਨਾਕਾਮ ਇਸ ਵਾਸਤੇ ਮੈਂ ਫੈਸਲਾ, ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੇਰੇ ਫਿਰਾ ਆਏ ਜੀ। ਮੈਂ ਇਹ ਵੀ ਟੱਟੂ ਆ ਜੋ ਮੈਂ ਕੋ ਨਹੀਂ ਪਤਾ ਲੱਗਦਾ ਡਿੱਡੂ ਤੁਸਾਂ ਕਿਵੇਂ ਹੋ। ਅੱਛਾ ਮੈਂ ਤੁਹਾਨੂੰ ਕੋ ਫਿਰਾ ਆਖ ਹੈ, ਇਹ ਕੋ ਖਤਰੀਜਾ ਆਖ ਹੈ। ਹੁਣ ਮਸ਼ੀਨ ਦਾ ਸਵਾਲ ਕੀ ਹੈ ਮੇਰੇ ਉੱਤੇ? ਮੈਂ ਆਖਾਂ 5500 ਰੁਪਏ ਦੀ ਹੈ ਜੀ, 40 ਅੰਡੇ ਵਾਲੀ, 50 ਅੰਡੇ ਵਾਲੀ, 5500 ਰੁਪਏ ਦੀ ਹੈ। ਹੋਟਲ ਚਾਹ ਪੀਤੀ ਸੀ ਇੱਜ਼ਤ ਕੀਤੀ ਹੈ ਇਤਨੀ ਕੀਤੀ ਜਹਾਦ ਤੋਂ ਜ਼ਿਆਦਾ, ਮੈਂ ਕੋ ਤਾਂ ਉਹਦੀ ਕਬਰ ਨਜ਼ਰ ਆਉਂਦੀ ਪਈ ਹੈ ਤੇ ਮੈਂ ਤਾਂ 3500 ਦੀ ਬਣਦੀ ਹੈ ਨਾਕਾਮ ਨਾ। ਕੋਈ ਸ਼ੱਕ ਨੀ ਪੈਸੇ, ਅਗਰ ਇਹ ਗੱਲ ਹੋਵੇ ਦੌਰ ਦੇ ਵਿੱਚ ਨਾ ਮਲਿਕ ਜੀ, 4 ਚੀਜ਼ਾਂ ਮਰ ਚੁੱਕੀਆਂ ਬਿਲਕੁਲ। ਕਹਿੰਦਾ ਥੋੜਾ ਜਿਹਾ ਜੀਂਦਾ ਹੈ ਨਾ, ਜਾਗਦਾ ਉੱਠਦਾ ਸੁੱਧਦਾ, ਕਹਿੰਦਾ ਵਫਾ ਤੇ ਇਮਾਨ ਲੱਗੀ ਗਈ। 4 ਚੀਜ਼ਾਂ ਜਿਹੜੀਆਂ ਨਾ ਇਹ ਛੋਟੀਆਂ ਬੁਰਕਾ ਵਟਾ ਆ ਗਈਆਂ ਤੁਹਾਡੇ ਕੋਲ। ਅਸਲ ਜਿਹੜਾ ਡੱਬਾ ਬਣਾਵੇ ਤਾਂ ਸੈਟਿੰਗ ਮੈਂ ਤੇ ਕੋ ਕਰ ਦੇ ਸਾਂ, ਤੇਰਾ ਕੋਈ ਖਰਚਾ ਨਾ। ਡੱਬਾ ਕੋਈ ਯਾਰ ਦੋਸਤ ਹੈ ਡਿਡ ਬਾਈ ਜੀ, ਸਵਾ ਬਾਈ ਸਵਾ ਦਾ ਡੱਬਾ ਬਣਾਵੇ ਜਾਂ ਜਾਂ ਡਿਢ ਬਾਈ ਡਿਢ ਦਾ ਬਣਾਵੇ ਦਾ। ਇੰਟਰਨੈਟ ਦਾ ਦੌਰ ਹੈ, ਸਮਾਨ ਮੰਗਵਾ ਕਿੰਨੇ ਮੈਂ ਦੱਸਿਆ ਚਾਹੀਦਾ, 600 ਰੁਪਏ ਦਾ ਰਾਡ ਮਿਲਦਾ ਇੱਕ ਰਸਤਾ ਪੀ ਸੀ ਵਾਲਾ, ਠੀਕ ਹੈ ਜੀ। ਉਹ 60 ਵਾਟ ਦਾ ਇੱਕ ਪੱਖਾ ਲਾਦੂਏ ਸੀ, ਇੱਕ ਉਹ ਲਾਦੂਏ ਸੀ, ਇੱਕ ਰਿਲੇਅ ਮਿਲਵੇ ਸੀ ਤੇ ਕੁਸ਼ਾਨ ਵਾਲਾ ਕੋਲੋਂ ਇੱਕ